ਸ਼ਾਦ ਕਹਿ ਕੇ ਨਾ ਲੋਕਾਂ ਨੂੰ ਕਾਫੂਸ ਦੇ ਪੈਕਟ ਬਣਾ ਬਣਾ ਕੇ ਦੇ ਰਹੇ ਆ। ਉਹ ਕਹਿੰਦੇ ਵਿਸ਼ਵਾਸ ਕਰੋ, ਇਹ ਕੀ ਹੈ? ਇਹ ਖੀਰ ਪ੍ਰਸ਼ਾਦ, ਇਹ ਗੁਰੂ ਕਿਰਪਾ ਪ੍ਰਸ਼ਾਦ ਆ। ਤੁਸੀਂ ਯਕੀਨ ਕਰੋ, ਪੂਰੇ ਆਪਣੇ ਪੰਜਾਬ ਦੇ ਵਿੱਚ ਇੰਡੀਆ ਲੈਵਲ 'ਤੇ ਸੈਂਟਰ ਬਣੇ ਹੋਏ ਨੇ, ਦੁਕਾਨਾਂ ਬਣੀਆਂ ਹੋਈਆਂ ਨੇ। ਉੱਥੋਂ ਦੀ ਉਹ ਜਿਹੜਾ ਖੀਰ ਪ੍ਰਸ਼ਾਦ, ਗੁਰੂ ਕਿਰਪਾ ਪ੍ਰਸ਼ਾਦ ਕਾਫੂਸ ਵਾਲਾ ਨਾ ਜੀ, ਉਹ 500-500 ਰੁਪਏ ਦਾ ਪ੍ਰਸ਼ਾਦ, ਉਹ ਜਿਹੜਾ ਹੈ ਕੁਝ ਵੀ ਨਹੀਂ, ਉਹ ਪੈਕਟ ਬੰਦ ਕੀਤੇ ਹੋਏ, ਸੀਲ ਕੀਤੇ ਹੋਏ, ਇੱਕ 1000 ਰੁਪਏ ਦਾ ਉਹ ਪੈਕਟ ਵਿਕ ਰਿਹਾ ਹੈ। ਲੋਕ ਖਰੀਦਣ ਵਾਲੇ ਖਰੀਦ ਰਹੇ ਆ। ਕਿਉਂ? ਕਿਉਂਕਿ ਬਾਬਾ ਜੀ ਹੁਣਾਂ ਨੇ ਲੋਕਾਂ ਨੂੰ ਮਿੱਥਿਆ ਵਿਸ਼ਵਾਸ ਦਿਵਾਇਆ ਹੋਇਆ, ਜੇ ਇਹ ਤੁਸੀਂ ਆ ਘਾਹ ਫੂਸ ਜੇਕਰ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਪੀਓਗੇ ਤਾਂ ਵੀ ਫਲਾਨਾ ਤੁਹਾਡਾ ਰੋਗ ਦੂਰ ਹੋ ਜਾਏਗਾ। ਉਹ ਬਾਬਾ ਤਾਂ ਇਸ ਗੱਲ ਦਾ ਵੀ ਦਾਅਵਾ ਕਰ ਰਿਹਾ ਵੀ ਕੈਂਸਰ ਵਰਗੀਆਂ ਬਿਮਾਰੀਆਂ ਵੀ ਦੂਰ ਹੋ ਜਾਣਗੀਆਂ। ਅਤੇ ਫਿਰ ਮੈਂ ਕਈ ਵਾਰੀ ਸੋਚਦਾ ਹੁੰਦਾ, ਜੇ ਐਸੇ ਅਖੋਤੀ ਬਾਬੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਵੀ ਦਾਅਵੇ ਕਰ ਰਹੇ ਵੀ ਇਹ ਵੀ ਸੈੱਟ ਹੋ ਜਾਣਗੀਆਂ, ਦੂਰ ਹੋ ਜਾਣਗੀ, ਰੋਗ ਨਿਵਿਰਤ ਹੋ ਜਾਣਗੇ, ਫਿਰ ਇਹ ਅਪੋਲੋ ਹੋਸਪਿਟਲ 'ਤੇ ਬੰਦ ਹੋ ਜਾਣੇ ਚਾਹੀਦੇ ਆ। CMC ਵਰਗੇ ਵੱਡੇ ਵੱਡੇ DMC ਵਰਗੇ ਮਹਿੰਗੇ ਤੋਂ ਮਹਿੰਗੇ ਹੋਸਪਿਟਲ ਨੇ ਵੀ ਆਹ ਕਿਉਂ ਖੁੱਲ੍ਹੇ ਹੋਏ ਨੇ? ਲੋਕਾਂ ਦੀਆਂ ਭੀੜਾਂ ਦੀਆਂ ਭੀੜਾਂ ਉੱਥੇ ਪਈਆਂ ਹੋਈਆਂ ਨੇ। ਮਿੱਥਿਆ ਵਿਸ਼ਵਾਸ, ਇਹ ਮਿੱਥਿਆ ਵਿਸ਼ਵਾਸ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਚੁੱਕਾ ਹੈ। ਮਿੱਥਿਆ ਵਿਸ਼ਵਾਸ ਦੇਣ ਵਾਲੇ ਵੀ ਬੜੇ ਢੰਗ ਤਰੀਕਿਆਂ ਦੇ ਨਾਲ ਗੋਲ ਮੋਲ ਗੱਲਾਂ ਕਰਕੇ ਲੋਕਾਂ ਨੂੰ ਵਿਸ਼ਵਾਸ ਦਵਾ ਰਹੇ ਆ, ਲੋਕ ਵਿਸ਼ਵਾਸ ਕਰ ਰਹੇ ਆ। ਇਸ ਮਿੱਥਿਆ ਵਿਸ਼ਵਾਸ ਵਿੱਚ ਜੀਣ ਵਾਲਿਆਂ ਦੀ ਗਿਣਤੀ ਕਰੋੜਾਂ ਦੇ ਵਿੱਚ ਆ ਜੀ। ਅਤੇ ਮੈਂ ਦੇਖ ਕੇ ਇਸ ਗੱਲ ਤੋਂ ਬੜੀ ਹੈਰਾਨੀ ਹੁੰਦੀ ਮੈਨੂੰ ਕਿ ਦੇਖੋ, ਇੱਕ ਅਨਪੜ੍ਹ ਬੰਦਾ ਉਹਦੇ ਵਿਸ਼ਵਾਸ ਕਰੇ, ਪੜ੍ਹੇ ਲਿਖੇ ਵੈਲ ਐਜੂਕੇਟਡ ਬੰਦੇ ਉਹ ਵੀ ਇਹਨਾਂ ਲੋਕਾਂ 'ਤੇ ਵਿਸ਼ਵਾਸ ਕਰੀ ਬੈਠੇ ਆ ਜੀ। ਫਿਰ ਆ ਕਈ ਅਖੌਤੀ ਪੰਡਿਤਾਂ ਨੇ ਕਿੰਨੇ ਲੱਖਾਂ ਬੱਚਿਆਂ ਨੂੰ ਅੱਜ ਤੀਕਰ ਬਿਨਾਂ ਵਿਆਹ ਤੋਂ ਕੁਵਾਰਾ ਬਿਠਾਇਆ ਹੋਇਆ ਘਰਾਂ ਵਿੱਚ। ਲੱਖਾਂ ਲੜਕੇ, ਲੱਖਾਂ ਲੜਕੀਆਂ ਘਰਾਂ ਦੇ ਵਿੱਚ ਕੁਵਾਰੇ ਬੈਠੇ ਨੇ। ਮਾਂ ਪਿਓ ਨੂੰ ਫਿਕਰ ਪਿਆ ਹੋਇਆ ਵੀ ਸਾਡੀ ਲੜਕੀ ਦਾ ਵਿਆਹ ਨਹੀਂ ਹੁੰਦਾ, ਸਾਡੇ ਲੜਕੇ ਦਾ ਵਿਆਹ ਨਹੀਂ ਹੁੰਦਾ। ਕਾਰਨ ਕੀ ਆ ਜੀ? ਕਿਉਂਕਿ ਅਖੌਤੀ ਪੰਡਿਤ ਕੋਲ ਕੁੰਡਲੀ ਲੈ ਕੇ ਗਏ ਸੀ, ਉਹਨੇ ਆਖਿਆ ਵੀ ਇਹ ਤੁਹਾਡਾ ਕਾਕਾ, ਇਹ ਤੁਹਾਡੀ ਕਾਕੀ ਕੀ ਆ ਜੀ? ਇਹ ਮੰਗਲੀਕ ਆ, ਮੰਗਲੀਕ। ਇਹ ਮਿੱਥਿਆ ਵਿਸ਼ਵਾਸ। ਉਹ ਜਦੋਂ ਕਹਿ ਦਿੱਤਾ ਵੀ ਪੰਡਿਤ ਜੀ ਨੇ ਵੀ ਆਹ ਤੁਹਾਡੀ ਲੜਕੀ ਦਾ ਵਿਆਹ ਨਹੀਂ ਹੋਣਾ, ਜੇ ਇਹਦਾ ਵਿਆਹ ਕਰਨਾ ਇਹਨੂੰ ਮੰਗਲੀਕ ਲੱਭਣਾ ਪਏਗਾ ਤੁਹਾਨੂੰ ਕੋਈ। ਅਤੇ 35-35 ਵਰ੍ਹਿਆਂ ਦੀ ਉਮਰ ਹੋ ਗਈ, 40-40 ਵਰ੍ਹਿਆਂ ਦੀ ਉਮਰ ਹੋ ਗਈ, ਲੜਕਿਆਂ ਦੇ ਵਿਆਹ ਨਹੀਂ ਹੋ ਰਹੇ, ਲੜਕੀਆਂ ਦੇ ਵਿਆਹ ਨਹੀਂ ਹੋ ਰਹੇ। ਮਾਪਿਆਂ ਨੂੰ ਫਿਕਰ ਪਿਆ ਹੋਇਆ ਹੁਣ ਮੰਗਲੀਕ ਲੱਭੇ ਕੋਈ ਨਾ ਅਤੇ ਵਿਆਹ ਹੋਵੇ ਕੋਈ ਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਕਈ ਵਾਰ ਮੈਂ ਸੋਚਦਾ ਹੁੰਦਾ, ਆ ਜਿਹੜੇ ਬਾਹਰ ਵਿਦੇਸ਼ਾਂ ਵਿੱਚ ਆਪਾਂ ਜਾਂਦੇ ਹਾਂ, ਸਾਡੇ ਹੀ ਪੰਜਾਬ ਦੇ ਬਹੁਤ ਜਾਂਦੇ ਨੇ ਨਾ ਲੋਕ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਵੀ ਹੋ ਗਏ ਨੇ, ਉੱਥੇ ਦੇ ਜਿਹੜੇ ਗੋਰੇ ਲੋਕ ਆ, ਇੰਗਲੈਂਡ ਦੇ ਵਾਸੀ, ਅਮੈਰੀਕਾ ਦੇ ਵਾਸੀ, ਉਹਨਾਂ ਨੂੰ ਤਾਂ ਆ ਮੰਗਲੀਕ ਮੰਗਲੂ ਦੇ ਕੋਈ ਚੱਕਰ ਨਹੀਂ ਹਨ। ਉਹਨਾਂ ਨੂੰ ਨਾ ਕੋਈ ਸੂਰਜ ਗ੍ਰਹਿਣ ਦਾ ਕੋਈ ਪਤਾ, ਨਾ ਆ ਮੰਗਲੀਕ ਦਾ ਕੋਈ ਪਤਾ, ਨਾ ਉਹਨਾਂ ਦੇ ਉੱਥੇ ਕੋਈ ਬਾਬਾ ਸਵਾਹ ਦੀਆਂ ਪੂੜੀਆਂ ਦੇ ਰਹੇ ਆ, ਨਾ ਖੀਰ ਪ੍ਰਸ਼ਾਦ। ਉਹ ਲੋਕ ਵੀ ਤਾਂ ਠੀਕ ਚੰਗੇ ਭਲੇ, ਕਈਆਂ ਦੀ ਮੈਰਿਡ ਲਾਈਫ ਬੜੀ ਵਧੀਆ ਸੁਖਾਲੀ ਹੈ, ਬਿਜ਼ਨਸ ਵੀ ਵਧੀਆ ਸੈਟਅਪ ਚੱਲ ਰਹੇ ਨੇ। ਸਾਡੇ ਨਾਲੋਂ ਦੁੱਗਣੀ ਤਿੱਗਣੀ ਤਰੱਕੀ ਉਹਨਾਂ ਮੁਲਕਾਂ ਨੇ ਕੀਤੀ ਹੋਈ ਆ, ਅਤੇ ਸਾਡੇ ਮੁਲਕ ਵਿੱਚ ਕੀ ਆ ਜੀ? ਅੰਧ ਵਿਸ਼ਵਾਸ, ਅੰਨਾ ਵਿਸ਼ਵਾਸ, ਮਿੱਥਿਆ ਵਿਸ਼ਵਾਸ। ਇਹ ਵਿਸ਼ਵਾਸ ਲੋਕਾਂ ਦੇ ਮਨਾਂ ਵਿੱਚ ਇੰਨਾ ਘਰ ਕਰ ਚੁੱਕਾ ਹੈ, ਤੁਸੀਂ ਕਿਸੇ ਨੂੰ ਕਹਿ ਦਿਓ, ਆਖੇਗਾ ਨਾ ਜੀ, ਮੈਂ ਤਾਂ ਫਲਾਣੇ ਬਾਬੇ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ। ਆ ਤੁਸੀਂ ਦੇਖਿਆ ਹੋਣਾ, ਸਵੇਰੇ ਟੈਲੀਵਿਜ਼ਨ ਚਲਾਓ, ਹਿੰਦੂ ਮੀਡੀਆ ਜਿੰਨਾ ਹੈ ਨਾ ਜੀ, ਕਿੰਨੇ ਚੈਨਲ ਅੱਜ ਐਸੇ ਟੈਲੀਕਾਸਟ ਹੋ ਰਹੇ ਨੇ
ਉਹਨਾਂ ਟੈਲੀਕਾਸਟ ਹੋ ਰਹੇ ਚੈਨਲਾਂ ਦੇ ਉੱਪਰ ਪੰਡਿਤ ਲੋਕ, ਬਾਬੇ ਲੋਕ ਲੈਪਟੋਪ ਲੈ ਕੇ ਬੈਠੇ ਹੋਏ ਨੇ, ਲੋਕਾਂ ਦੀਆਂ ਭਵਿੱਖਬਾਣੀਆਂ ਕਰ ਰਹੇ ਨੇ, ਕੋਈ ਮੋਲੀਆਂ ਦਾ ਮੰਤਰ ਪੜ੍ਹ ਪੜ੍ਹ ਕੇ ਲੋਕਾਂ ਨੂੰ ਮੋਲੀਆਂ ਦੇਈ ਜਾ ਰਿਹਾ, ਕੋਈ ਧਾਗੇ ਤਵੀਤ ਬਣਾਈ ਜਾ ਰਿਹਾ, ਕੋਈ ਨਿੰਬੂ ਮਿਰਚਾਂ ਦੇ ਲਟਕਾਈ ਜਾ ਰਹੇ ਆ। ਹੁਣ ਆਹ ਤੁਹਾਨੂੰ ਪਤਾ ਕਈ ਤਾਂ ਐਸੇ ਵਿਸ਼ਵਾਸ ਲੋਕਾਂ ਨੇ ਸੱਚੇ ਮੰਨ ਲਏ ਹੋਏ ਨੇ ਜਿਨ੍ਹਾਂ ਦਾ ਕੋਈ ਲੌਜਿਕ ਹੁੰਦਾ ਸੀ। ਪੁਰਾਣੇ ਸਮਿਆਂ ਵਿੱਚ ਕੋਈ ਲੌਜਿਕ ਹੁੰਦਾ ਸੀ, ਅੱਜ ਦੇ ਸਮਿਆਂ ਦੇ ਵਿੱਚ ਲੋਕਾਂ ਨੇ ਉਹਨੂੰ ਧਰਮ ਦੇ ਨਾਲ ਜੋੜ ਲਿਆ। ਅੱਜ ਤੋਂ ਕੋਈ ਬੰਦਾ ਘਰੋਂ ਤੁਰਦਾ, ਕਈ ਵਾਰ ਤੁਸੀਂ ਦੇਖਿਆ ਹੋਣਾ, ਆਪਾਂ ਕਹਿੰਦੇ ਨਾ ਵੀ ਜੇ ਚੰਗੇ ਕੰਮ ਚੱਲੇ ਆ, ਕੋਈ ਨੌਕਰੀ ਦੇ ਇੰਟਰਵਿਊ ਦੇਣ ਵਾਸਤੇ ਚੱਲੇ ਆ, ਕੋਈ ਵਿਦੇਸ਼ ਦਾ ਵੀਜ਼ਾ ਲਵਾਉਣ ਵਾਸਤੇ ਚੱਲੇ ਆ, ਕੋਈ ਵਿਆਹ ਵਾਸਤੇ ਚੱਲੇ ਆ, ਤਾਂ ਕੀ ਕਰੋ, ਦਹੀਂ ਖਾ ਕੇ ਘਰੋਂ ਤੁਰੋ। ਹੁਣ ਅਸੀਂ ਕੀ ਸਮਝ ਲਿਆ ਵੀ ਦਹੀਂ ਖਾਣਾ ਕੀ ਹੁੰਦਾ, ਸ਼ੁਭ ਹੁੰਦਾ, ਅਸਲ ਵਿੱਚ ਲੌਜਿਕ ਨਹੀਂ ਪੜਿਆ। ਦਹੀਂ ਜਿਹੜੀ ਹੈ, ਦਹੀਂ ਦੀ ਸਿਰਤ ਹੁੰਦੀ ਠੰਡੀ, ਗਰਮੀਆਂ ਦੇ ਵਿੱਚ ਖੰਡ ਪਾ ਕੇ ਦਹੀਂ ਦਿੱਤੀ ਜਾਏ ਅਤੇ ਉਹ ਦਹੀਂ ਖਾਈਏ ਅਤੇ ਅੰਦਰ ਠੰਡ ਪੈਂਦੀ ਆ ਕਾਲਜੇ ਨੂੰ। ਅਸਲ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਗਰਮੀ ਦੇ ਦਿਨਾਂ ਵਿੱਚ, ਗਰਮੀ ਦੇ ਮੌਸਮ ਦੇ ਵਿੱਚ ਦਹੀਂ ਖਾਣਾ ਇਹ ਸਮਝਿਆ ਜਾਂਦਾ ਸੀ ਵੀ ਚਲੋ ਦਹੀਂ ਖਾ ਲਈਏ, ਲੱਸੀ ਪੀ ਲਈਏ, ਇਹਦੇ ਨਾਲ ਅੰਦਰ ਠੰਡਕ ਪਏਗੀ। ਅਤੇ ਅਜੋਕੇ ਸਮੇਂ ਵਿੱਚ ਅਸੀਂ ਕੀ ਕਰ ਲਿਆ, ਉਹਨੂੰ ਅੰਧ ਵਿਸ਼ਵਾਸ ਨਾਲ ਜੋੜ ਲਿਆ, ਉਹ ਇੱਕ ਮਿੱਥਿਆ ਵਿਸ਼ਵਾਸ ਬਣ ਗਿਆ, ਉਹਨੂੰ ਧਰਮ ਦੇ ਵਿੱਚ ਲੈ ਆ ਜੀ ਦਹੀਂ ਖਾਓ ਸ਼ੁਭ ਹੋਵੇਗਾ, ਵੀਰਵਾਰ ਨੂੰ ਸਿਰ ਨਹੀਂ ਨਹਾਉਣਾ, ਮੰਗਲਵਾਰ ਨੂੰ ਸਿਰ ਨਹੀਂ ਨਹਾਉਣਾ। ਆ ਸਿਰ ਨਹਾਉਣ ਨਾਂ ਵਾਲੇ ਲੋਕ ਜਿਹੜੇ ਆ ਵੀ ਅੱਜ ਗੁਰੂਵਾਰ ਹੈ ਅੱਜ ਸਿਰ ਨਹੀਂ ਨਹਾਉਣਾ, ਵੀ ਅੱਜ ਮੰਗਲਵਾਰ ਹੈ ਅੱਜ ਸਿਰ ਨਹੀਂ ਨਹਾਉਣਾ, ਇਹ ਸਿਰ ਨਾ ਨਹਾਉਣਾ ਕੀ ਆ ਜੀ, ਇਹ ਇੱਕ ਮਿੱਥਿਆ ਵਿਸ਼ਵਾਸ ਆ।